ਕੇਬਲ ਆਪਰੇਟਰਾਂ ਦੀ ਗੱਲ ਕੀਤੀ ਸੀ, ਪਟਿਆਲੇ ਦੀ ਗੱਲ ਕਰੀਏ, ਮੋਹਾਲੀ ਦੇ ਵਿੱਚ ਤਾਰਾਂ ਕੱਟੀਆਂ ਗਈਆਂ, ਝੂਠੇ ਪਰਚੇ ਕੀਤੇ ਗਏ। ਦੇਖੋ ਪਟਿਆਲੇ ਦਾ ਜਾਂ ਮੋਹਾਲੀ ਦਾ ਤਾਂ ਮੈਨੂੰ ਜਾਣਕਾਰੀ ਹੈ ਨਹੀਂ ਇਸ ਗੱਲ ਦੀ, ਪਰ ਐਂ ਵੀ ਸਾਡੇ ਸ਼ਹਿਰ 'ਚ ਇੱਦਾਂ ਦਾ ਮੈਂ ਕੋਈ ਧੱਕਾ ਨਹੀਂ ਸੁਣਿਆ। ਤੁਸੀਂ ਕਹਿੰਦੇ ਕਿ ਮੇਰੇ ਧਿਆਨ 'ਚ ਨਹੀਂ ਆਇਆ, ਪਰ ਫਤਿਹਗੜ੍ਹ ਸਾਹਿਬ ਵਿੱਚ ਵੀ ਪਰਚੇ ਹੋਏ ਨੇ ਕੇਬਲ ਆਪਰੇਟਰਾਂ ਦੇ। ਕੇਬਲ ਆਪਰੇਟਰਾਂ ਨੇ ਕਿਹਾ ਕਿ ਅਸੀਂ ਉਹਨਾਂ ਦੀਆਂ ਤਾਰਾਂ ਕੱਟੀਆਂ ਗਈਆਂ, ਉਹਨਾਂ 'ਤੇ ਚੋਰੀ ਦਾ ਪਰਚਾ ਕੀਤਾ ਗਿਆ। ਨਹੀਂ, ਇਹ ਬਿਲਕੁਲ ਹਜੇ ਤੱਕ ਸਾਡੀ ਸਮਝ ਵਿੱਚ ਜਾਂ ਸਾਡੀ ਜਾਣਕਾਰੀ 'ਚ ਇਹ ਗੱਲ ਨਹੀਂ ਆਈ, ਪਰ ਜੇ ਤੁਸੀਂ ਦੱਸ ਰਹੇ ਹੋ ਅਸੀਂ ਪਤਾ ਕਰਕੇ, ਜੇ ਕਿਤੇ ਵੀ ਕਿਸੇ ਵੀ ਗਰੀਬ ਪਰਿਵਾਰ ਨਾਲ ਧੱਕਾ ਹੁੰਦਾ ਸੀ ਉਹਦੇ ਨਾਲ ਖੜਾਂਗੇ। ਉਹਨਾਂ ਨਾਲ ਕੋਈ ਜ਼ਬਰਦਸਤੀ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕਰੀ ਆ ਤਾਂ ਉਹਨਾਂ ਨੂੰ ਬਿਲਕੁਲ ਇਨਸਾਫ਼ ਦਵਾਇਆ ਜਾਊਗਾ ਅਤੇ ਇਸ ਚੀਜ਼ ਦੀ ਜਿਹੜੀ ਇਨਕੁਆਇਰੀ ਦੀ ਜ਼ਿੰਮੇਵਾਰੀ ਮੈਂ ਲੈਂਦਾ। ਤੁਸੀਂ ਜੇ ਤੁਹਾਡੇ ਤੱਕ ਵੀ ਕੋਈ ਪਹੁੰਚ ਕਰਦਾ, ਤੁਸੀਂ ਸਾਡੇ ਨਾਲ ਉਹਨਾਂ ਦਾ ਰਾਬਤਾ ਕਰਾਓ, ਉਹਨਾਂ ਨੂੰ ਇਨਸਾਫ਼ ਦੇਣ ਲਈ ਅਸੀਂ ਵਚਨਬੱਧ ਹਾਂ। ਤਾਰਾਂ ਕੱਟਣੀਆਂ ਜਾਂ ਕੱਟੀਆਂ ਤਾਂ ਵੀ ਗਲਤ ਨੇ, ਜੇ ਨਹੀਂ ਕੱਟੀਆਂ ਤਾਂ ਚੰਗੀ ਗੱਲ ਆ। ਆਪਰੇਟਰ ਵੀ ਸੀ, ਆਪਰੇਟਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ, ਪਰ ਤਾਂ ਵੀ ਉਹਨਾਂ ਤੇ ਪਰਚੇ ਕੀਤੇ ਗਏ। ਆਪਰੇਟਰ ਕਹਿੰਦੇ ਸੀ ਕਿ ਅਸੀਂ ਛੋਟੇ ਲੈਵਲ 'ਤੇ, ਪਰ ਜੇਕਰ ਗੱਲ ਸੀ ਕਿ ਮੁਕਾਬਲਾ ਕੀਤਾ ਜਾਵੇ, ਪਰ ਐਵੇਂ ਦੇ ਪਰਚੇ ਨਹੀਂ ਹੋਣੇ। ਧੱਕਾ ਤਾਂ ਅਸਲ 'ਚ ਉਦੋਂ ਹੋਇਆ ਸੀ ਜਦੋਂ ਗੈਰ ਕਾਨੂੰਨੀ ਤਰੀਕੇ ਨਾਲ ਬਿਜਲੀ ਦੇ ਖੰਭੇ 'ਤੇ ਤਾਰਾਂ ਟੰਗੀਆਂ ਗਈਆਂ। ਇਹਦੀ ਗੱਲ ਹੋ ਗਈ, ਜਿਵੇਂ ਪਿੱਛੇ ਜੇ ਇੱਕ ਕੇਬਲ ਆਪਰੇਟਰਾਂ ਦੀ ਗੱਲ ਕੀਤੀ ਗਈ ਸੀ, ਪਟਿਆਲੇ ਏਰੀਏ ਦੀ ਗੱਲ ਕਰੀਏ, ਮੋਹਾਲੀ ਦੇ ਵਿੱਚ ਕੀਤੀ ਤਾਰੀਆਂ ਕੱਟੀਆਂ, ਉਹਨਾਂ 'ਤੇ ਤਾਰਾਂ ਕੱਟੀਆਂ ਗਈਆਂ, ਝੂਠੇ ਪਰਚੇ ਕੀਤੇ ਗਏ, ਕੀ ਕਹਿਣਾ ਚਾਹੁੰਦੇ? ਦੇਖੋ ਪਟਿਆਲੇ ਦਾ ਜਾਂ ਮੋਹਾਲੀ ਦਾ ਤਾਂ ਮੈਨੂੰ ਜਾਣਕਾਰੀ ਹੈ ਨਹੀਂ ਇਸ ਗੱਲ ਦੀ, ਪਰ ਐਂ ਵੀ ਸਾਡੇ ਸ਼ਹਿਰ 'ਚ ਇੱਦਾਂ ਦਾ ਮੈਂ ਕੋਈ ਧੱਕਾ ਨਹੀਂ ਸੁਣਿਆ। ਤੁਸੀਂ ਕਹਿੰਦੇ ਕਿ ਮੇਰੇ ਧਿਆਨ 'ਚ ਨਹੀਂ ਆਇਆ, ਪਰ ਫਤਿਹਗੜ੍ਹ ਸਾਹਿਬ ਵਿੱਚ ਵੀ ਪਰਚੇ ਹੋਏ ਨੇ ਕੇਬਲ ਆਪਰੇਟਰਾਂ ਦੇ। ਕੇਬਲ ਆਪਰੇਟਰਾਂ ਨੇ ਕਿਹਾ ਕਿ ਅਸੀਂ ਸਾਡੇ ਉਹਨਾਂ ਦੀਆਂ ਤਾਰਾਂ ਕੱਟੀਆਂ ਗਈਆਂ, ਉਹਨਾਂ 'ਤੇ ਚੋਰੀ ਦਾ ਪਰਚਾ ਕੀਤਾ ਗਿਆ। ਨਹੀਂ, ਇਹ ਬਿਲਕੁਲ ਹਜੇ ਤੱਕ ਸਾਡੀ ਸਮਝ ਵਿੱਚ ਜਾਂ ਸਾਡੀ ਜਾਣਕਾਰੀ 'ਚ ਇਹ ਗੱਲ ਨਹੀਂ ਆਈ, ਪਰ ਜੇ ਤੁਸੀਂ ਦੱਸ ਰਹੇ ਹੋ ਅਸੀਂ ਪਤਾ ਕਰਕੇ, ਜੇ ਕਿਤੇ ਵੀ ਕਿਸੇ ਵੀ ਗਰੀਬ ਪਰਿਵਾਰ ਨਾਲ ਧੱਕਾ ਹੁੰਦਾ ਸੀ ਉਹਦੇ ਨਾਲ ਖੜਾਂਗੇ, ਅਤੇ ਜੇ ਉਹਨਾਂ ਨਾਲ ਕੋਈ ਜ਼ਬਰਦਸਤੀ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕਰੀ ਆ ਤਾਂ ਉਹਨਾਂ ਨੂੰ ਬਿਲਕੁਲ ਇਨਸਾਫ਼ ਦਵਾਇਆ ਜਾਊਗਾ ਅਤੇ ਇਸ ਚੀਜ਼ ਦੀ ਜਿਹੜੀ ਇਨਕੁਆਇਰੀ ਦੀ ਜ਼ਿੰਮੇਵਾਰੀ ਮੈਂ ਲੈਂਦਾ। ਤੁਸੀਂ ਜੇ ਤੁਹਾਡੇ ਤੱਕ ਵੀ ਕੋਈ ਪਹੁੰਚ ਕਰਦਾ, ਤੁਸੀਂ ਸਾਡੇ ਨਾਲ ਉਹਨਾਂ ਦਾ ਰਾਬਤਾ ਕਰਾਓ, ਉਹਨਾਂ ਨੂੰ ਇਨਸਾਫ਼ ਦੇਣ ਲਈ ਅਸੀਂ ਵਚਨਬੱਧ ਹਾਂ। ਅਤੇ ਤਾਰਾਂ ਕੱਟਣੀਆਂ ਜਾਂ ਕੱਟੀਆਂ ਤਾਂ ਵੀ ਗਲਤ ਨੇ, ਜੇ ਨਹੀਂ ਕੱਟੀਆਂ ਤਾਂ ਚੰਗੀ ਗੱਲ ਆ, ਪਰ ਐਂ ਵੀ ਕੋਈ ਵੀ ਤੁਸੀਂ ਕਾਰੋਬਾਰ ਕਰਨਾ, ਬਿਜ਼ਨਸ ਕਰਨਾ, ਆਪਣੀ ਲਾਈਨ ਨੂੰ ਵੱਡੀ ਕਰੋ, ਤੁਸੀਂ ਸਰਵਿਸ ਵਧੀਆ ਦੇ ਦਿਓ, ਜੇ ਤੁਹਾਡੀ ਸਰਵਿਸ ਵਧੀਆ ਤਾਂ ਲੋਕ ਆਪਣੇ ਆਪ ਤੁਹਾਡੇ ਵੱਲ ਆ ਜਾਣਗੇ। ਸੋ ਇਹਨਾਂ ਚੀਜ਼ਾਂ ਤੋਂ ਜੇ ਕਿਸੇ ਨੇ ਇਹ ਚੀਜ਼ਾਂ ਕਰੀਆਂ ਵੀ ਆ ਤੁਹਾਨੂੰ ਬਚਣਾ ਚਾਹੀਦਾ। ਕੁਝ ਆਪਰੇਟਰ ਵੀ ਸੀ, ਆਪਰੇਟਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ, ਪਰ ਤਾਂ ਵੀ ਉਹਨਾਂ ਤੇ ਪਰਚੇ ਕੀਤੇ ਗਏ। ਆਪਰੇਟਰ ਕਹਿੰਦੇ ਸੀ ਕਿ ਅਸੀਂ ਛੋਟੇ ਲੈਵਲ 'ਤੇ, ਪਰ ਜੇਕਰ ਗੱਲ ਸੀ ਕਿ ਮੁਕਾਬਲਾ ਕੀਤਾ ਜਾਵੇ, ਪਰ ਐਵੇਂ ਦੇ ਪਰਚੇ ਨਹੀਂ ਹੋਣੇ ਚਾਹੀਦੇ। ਮੈਂ ਉਹੀ ਕਹਿੰਦਾ, ਇਹ ਹੋ ਸਕਦਾ ਕੋਈ ਨਿੱਜੀ ਮਸਲੇ ਹੋਣ, ਨਿੱਜੀ ਲੜਾਈਆਂ ਹੋਈਆਂ ਲੋਕਾਂ ਦੀਆਂ, ਪਰ ਇਹ ਕੋਈ ਕਿਸੇ ਜਥੇਬੰਦੀ ਦੇ ਤੌਰ 'ਤੇ ਇੱਦਾਂ ਦਾ ਕੋਈ ਮਸਲਾ ਸਾਡੇ ਸਾਹਮਣੇ ਨਹੀਂ ਆਇਆ। ਆਪਸੀ ਜਿਵੇਂ ਲੜਾਈਆਂ ਹੋ ਜਾਂਦੀਆਂ, ਕੋਈ ਮੁਹੱਲੇ 'ਚ ਲੜਾਈ ਹੋ ਗਈ, ਕੋਈ ਸ਼ਹਿਰ 'ਚ ਲੜਾਈ ਹੋ ਗਈ, ਹੋ ਸਕਦਾ ਹੈ ਕਿ ਲੋਕਲ ਲੈਵਲ 'ਤੇ ਕੋਈ ਇੱਦਾਂ ਦਾ ਮਸਲਾ, ਆਪਸੀ ਕੋਈ ਲੜਾਈ ਝਗੜਾ ਹੋ ਗਿਆ ਹੋਵੇ, ਪਰ ਇਹ ਕੋਈ ਜਥੇਬੰਦਕ ਤੌਰ 'ਤੇ ਜਾਂ ਕੋਈ ਮਿੱਥ ਕੇ ਇਹੋ ਜਿਹਾ ਕੋਈ ਕੰਮ ਕਿਤੇ ਨਹੀਂ ਹੋ ਰਿਹਾ, ਜਾਂ ਸਰਕਾਰ ਜਾਂ ਪਾਰਟੀ ਵੱਲੋਂ ਇੱਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਵੀ ਜਾਂ ਕਿਸੇ ਦੀਆਂ ਤਾਰਾਂ ਵੱਢਣੀਆਂ ਨੇ ਜਾਂ ਕਿਸੇ ਦੀਆਂ ਲਾਉਣੀਆਂ ਨੇ, ਕਿਉਂਕਿ ਆਮ ਆਦਮੀ ਪਾਰਟੀ ਦਾ ਇਹਨਾਂ ਕਾਰੋਬਾਰਾਂ ਨਾਲ ਕੋਈ ਸਰੋਕਾਰ ਨਹੀਂ। ਸਰਕਾਰ ਆਪਣੇ ਕੰਮ ਕਰਦੀ ਆ, ਵਪਾਰ ਵਪਾਰੀ ਲੋਕ ਕਰਦੇ ਨੇ, ਬਿਜ਼ਨਸ ਦਾ ਕੰਮ ਬਿਜ਼ਨਸਮੈਨ ਆਪਣਾ ਕੰਮ ਕਰੇ, ਅਤੇ ਕਿਸੇ ਦੇ ਬਿਜ਼ਨਸ 'ਚ ਅੜਿੱਕੇ ਲਾਉਣੇ ਵੀ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਹੈਗਾ। ਹਾਂ, ਜੇ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ, ਜੇ ਤੁਸੀਂ ਬਿਜਲੀ ਦੇ ਖੰਭੇ 'ਤੇ ਬਿਨਾਂ ਪਰਮਿਸ਼ਨ ਤੋਂ ਤਾਰਾਂ ਟੰਗੀਆਂ ਨੇ, ਤਾਂ ਉਹ ਬਿਜਲੀ ਵਾਲਿਆਂ ਦਾ ਅਧਿਕਾਰ ਆ ਉਹ ਤਾਰਾਂ ਕੱਟ ਸਕਦੇ ਨੇ। ਹੁਣ ਇਹਨੂੰ ਜੇ ਕੋਈ ਬੰਦਾ ਧੱਕਾ ਕਹਿੰਦਾ, ਧੱਕਾ ਤਾਂ ਅਸਲ 'ਚ ਉਦੋਂ ਹੋਇਆ ਸੀ ਜਦੋਂ ਗੈਰ ਕਾਨੂੰਨੀ ਤਰੀਕੇ ਨਾਲ ਬਿਜਲੀ ਦੇ ਖੰਭੇ 'ਤੇ ਤਾਰਾਂ ਟੰਗੀਆਂ ਗਈਆਂ। ਜੇ ਅੱਜ ਉੱਥੋਂ ਤਾਰੀਆਂ ਗਈਆਂ ਤਾਂ ਉਹਨੂੰ ਧੱਕੇ 'ਚ ਨਹੀਂ ਮੰਨਿਆ ਜਾਊਗਾ, ਉਹਨੂੰ ਇੱਕ ਇਨਸਾਫ਼ 'ਚ ਗਿਣਿਆ ਜਾਊਗਾ, ਜਿਹੜੀ ਚੀਜ਼ ਗਲਤ ਹੋਈ ਸੀ ਉਹਨੂੰ ਠੀਕ ਕੀਤਾ ਗਿਆ। ਸੋ ਇਹ ਦੇਖਣਾ ਪਊਗਾ ਆਪਾਂ ਨੂੰ ਵੀ ਜਿਹੜਾ ਤੁਸੀਂ ਦੱਸਿਆ ਵੀ ਮੁੱਦਾ ਕਿਸ ਤਰ੍ਹਾਂ ਦਾ, ਜੇ ਮੰਨ ਲਓ ਮੇਰੀ ਸਹਿਮਤੀ ਤੋਂ ਬਿਨਾਂ ਜਾਂ ਕਿਸੇ ਮਹਿਕਮੇ ਦੀ ਸਹਿਮਤੀ ਤੋਂ ਬਿਨਾਂ
ਕਿਤੇ ਕੋਈ ਇੱਦਾਂ ਦੀ ਗਲਤੀ ਸਾਹਮਣੇ ਆਈ ਆ ਤਾਂ ਇਹ ਮਹਿਕਮਾ ਉਹਦਾ ਜਵਾਬ ਦੇ ਆ।